ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਸਾਖੀਆ ਚੈਨਲ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਔਰੰਗਜ਼ੇਬ ਨੇ ਸੋਚਿਆ ਕਿ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਕਿਲੇ ਦੇ ਅੰਦਰ ਹਨ, ਉਦੋਂ ਤੱਕ ਉਹਨਾਂ ਨੂੰ। ਔਰੰਗਜ਼ੇਬ ਨੇ ਯੁੱਧ ਦੇ ਵਿੱਚ ਧੋਖੇ ਵਾਲੀ ਨੀਤੀ ਅਪਣਾਈ। ਉਸਨੇ ਗੁਰੂ ਜੀ ਨੂੰ ਕੁਰਾਨ ਦੀ ਕਸਮ ਖਾ ਕੇ ਇੱਕ ਚਿੱਠੀ ਲਿਖੀ, ਜੇਕਰ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦੇਵੋ ਤਾਂ ਸ਼ਾਹੀ ਫੌਜ ਆਪ ਦਾ ਪਿੱਛਾ ਨਹੀਂ ਕਰੇਗੀ। ਆਪ ਦੇਸ਼ ਵਿੱਚ ਜਿੱਥੇ ਜਾਣਾ ਚਾਹੋ ਜਾ ਸਕਦੇ ਹੋ। ਜ਼ਫ਼ਰਨਾਮੇ ਵਿੱਚ ਗੁਰੂ ਜੀ ਲਿਖਦੇ ਹਨ, ਮੈਂ ਤੇਰੀਆਂ ਝੂਠੀਆਂ ਕਸਮਾਂ ਉੱਪਰ ਇਤਬਾਰ ਕਰਕੇ ਆਨੰਦਪੁਰ ਦਾ ਕਿਲਾ ਛੱਡ ਦਿੱਤਾ ਹੈ। ਆਨੰਦਪੁਰ ਦੇ ਕਿਲੇ ਤੋਂ ਪੈਰ ਬਾਹਰ ਰੱਖਣ ਦੀ ਦੇਰ ਸੀ ਕਿ ਸ਼ਾਹੀ ਫੌਜਾਂ ਨੇ ਸਿੱਖਾਂ ਉੱਪਰ ਹਮਲਾ ਬੋਲ ਦਿੱਤਾ। ਸਰਸਾ ਨਦੀ ਵਿੱਚ ਉਸ ਸਮੇਂ ਹੜ੍ਹ ਆਇਆ ਹੋਇਆ ਸੀ। ਸਿੱਖ ਨਦੀ ਪਾਰ ਕਰਦੇ ਸਮੇਂ ਰਾਤ ਦੇ ਹਨੇਰੇ ਵਿੱਚ ਇੱਕ ਦੂਜੇ ਤੋਂ ਵਿਛੜ ਗਏ। ਗੁਰੂ ਜੀ 40 ਸਿੰਘਾਂ ਤੇ 2 ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਸ਼ਾਮ ਨੂੰ ਪੁੱਜੇ। ਪਿੰਡ ਵਾਲਿਆਂ ਗੁਰੂ ਜੀ ਦੀ ਬਹੁਤ ਆਉ ਭਗਤ ਕੀਤੀ। ਸ਼ਾਹੀ ਫੌਜ ਗੁਰੂ ਜੀ ਦਾ ਪਿੱਛਾ ਕਰਦੀ ਆ ਰਹੀ ਸੀ, ਇਸ ਲਈ ਗੁਰੂ ਜੀ ਨੇ ਉਸ ਗੜੀ ਨੂੰ ਰਾਤੋ ਰਾਤ ਇੱਕ ਕਿਲੇ ਦੀ ਸ਼ਕਲ ਵਿੱਚ ਬਦਲ ਦਿੱਤਾ। ਆਪ ਕੋਠੇ ਦੀ ਛੱਤ ਉੱਪਰ ਬੈਠ ਗਏ। ਦਿਨ ਚੜ੍ਹਦੇ ਤੱਕ ਫੌਜ ਨੂੰ ਗੜੀ ਨੇ ਆ ਕੇ ਘੇਰਾ ਪਾ ਲਿਆ। ਜਿੱਥੇ ਤੱਕ ਨਿਗਾਹ ਜਾਂਦੀ ਸੀ ਕਾਲੇ ਕੱਪੜਿਆਂ ਵਾਲੀ ਫੌਜ ਹੀ ਨਜ਼ਰ ਆਉਂਦੀ ਸੀ। ਉਸ ਦੀ ਗਿਣਤੀ ਲੱਖਾਂ ਤੱਕ ਦੱਸੀ ਜਾਂਦੀ ਸੀ। ਜਰਨੈਲਾਂ ਦਾ ਅਨੁਮਾਨ ਸੀ ਗੜੀ ਅੰਦਰ ਬਹੁਤ ਥੋੜ੍ਹੇ ਸਿੱਖ ਹਨ। ਉਹਨਾਂ ਨੇ ਸਵੇਰੇ ਸਵੇਰੇ ਗੜੀ ਦੇ ਉੱਪਰ ਜਵਾਬ ਵਿੱਚ ਗੜੀ ਅੰਦਰੋਂ ਤੀਰਾਂ ਦੀ ਬੁਛਾਰ ਇਸ ਤਰ੍ਹਾਂ ਆਈ ਜਿਵੇਂ ਗੜੀ ਵਿੱਚ ਹਜ਼ਾਰਾਂ ਹੀ ਸਿੱਖ ਹੋਣ। ਫੌਜ ਨੂੰ ਇੱਕ ਵਾਰੀ ਪਿੱਛੇ ਹਟਣਾ ਪਿਆ। ਤੀਰਾਂ ਦੇ ਖਤਮ ਹੋਣ ਜਾਣ ਤੇ ਸਿੱਖਾਂ ਦਾ ਇੱਕ ਜਥਾ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਦਾ, ਤਲਵਾਰ ਤੇ ਨੇਜੇ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦੀਆਂ ਪ੍ਰਾਪਤ ਕਰ ਜਾਂਦਾ ਹੈ। ਸਿੰਘਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਦੇ ਦੇਖ ਕੇ 17 ਸਾਲਾਂ ਦੇ ਸਾਹਿਬਜ਼ਾਦੇ ਅਜੀਤ ਸਿੰਘ ਗੁਰੂ ਜੀ ਦੇ ਕੋਲ ਆ ਕੇ ਬੇਨਤੀ ਕਰਨ ਲੱਗੇ ਕਿ ਉਸ ਨੂੰ ਵੀ ਆਪਣੇ ਵੀਰਾਂ ਦੀ ਤਰ੍ਹਾਂ ਬਹਾਦਰੀ ਦੇ ਜੌਹਰ ਦਿਖਾਉਣ ਦਾ ਮੌਕਾ ਦਿੱਤਾ ਜਾਵੇ। ਉਸ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਉਸ ਨੂੰ ਆਪਣੇ ਹੱਥੀਂ ਰਣ ਭੂਮੀ ਵਿੱਚ ਜਾਣ ਲਈ ਤਿਆਰ ਕੀਤਾ। ਸਾਹਿਬਜ਼ਾਦੇ ਨੂੰ 5 ਸਿੰਘਾਂ ਦਾ ਜਥੇਦਾਰ ਥਾਪ ਕੇ ਗੜੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਫੌਜ ਦੇ ਸਿਪਾਹੀਆਂ ਨੇ ਜਦੋਂ ਸਾਹਿਬਜ਼ਾਦਿਆਂ ਨੂੰ ਦੇਖਿਆ ਤਾਂ ਉਸ ਉੱਪਰ ਟੁੱਟ ਪਏ। ਅੱਗੋਂ ਉਹਨਾਂ ਨੇ ਵੀ ਕਰਾਰੇ ਹੱਥ ਦਿਖਾਏ। ਇਹ ਸਾਰਾ ਨਜ਼ਾਰਾ ਗੁਰੂ ਜੀ ਗੜੀ ਉੱਪਰ ਦੇਖ ਰਹੇ ਸਨ। ਇਹ ਸਿੰਘਾਂ ਦਾ ਜੱਥਾ ਵੀ ਲੱਖਾਂ ਦੀ ਫੌਜ ਵਿੱਚੋਂ ਸੈਂਕੜਿਆਂ ਨੂੰ ਸਦਾ ਦੀ ਨੀਂਦ ਸੁਲਾ ਕੇ ਸ਼ਹੀਦੀਆਂ ਪਾ ਗਿਆ। ਵੱਡੇ ਵੀਰ ਨੂੰ ਸ਼ਹੀਦ ਹੁੰਦਿਆਂ ਦੇਖ ਕੇ 15 ਸਾਲਾਂ ਦੇ ਸਾਹਿਬਜ਼ਾਦੇ ਜੁਝਾਰ ਸਿੰਘ ਦਾ ਉਤਸ਼ਾਹ ਹੋਰ ਵੱਧ ਗਿਆ। ਉਸਨੇ ਪਿਤਾ ਜੀ ਕੋਲ ਆ ਕੇ ਯੁੱਧ ਵਿੱਚ
ਜਾਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਸ ਨੂੰ ਵੀ ਯੁੱਧ ਲਈ ਤਿਆਰ ਕੀਤਾ। ਪੰਜ ਸਿੰਘਾਂ ਦਾ ਜਥੇਦਾਰ ਥਾਪ ਕੇ ਗੜੀ ਦੇ ਕੋਠੇ ਉੱਪਰ ਚਲੇ ਗਏ। ਉਹਨਾਂ ਆਪਣੀ ਅੱਖੀ ਦੇਖਿਆ ਕਿਵੇਂ ਲੱਖਾਂ ਦਾ ਮੁਕਾਬਲਾ ਇੱਕ ਇੱਕ ਸਿੰਘ ਡਟ ਕੇ ਕਰ ਰਿਹਾ ਸੀ, ਕਿਸੇ ਦਾ ਪੈਰ ਪਿੱਛੇ ਨਹੀਂ ਹਟ ਰਿਹਾ ਸੀ। ਉਹਨਾਂ ਇਹ ਵੀ ਦੇਖਿਆ ਕਿ ਕਿਵੇਂ ਜਥੇ ਦੇ ਸਾਰੇ ਸਿੰਘ ਜ਼ੁਲਮ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।